ਇਹਦੇ ਨਾਲ ਹੁਣ ਹਜ਼ਰਤ ਉਸਮਾਨ ਰਜ਼ੀ ਦਾ ਮਾਮਲਾ ਵੀ ਅਟੈਚ ਹੈ ਕਿ ਰਸੂਲ ਕਰੀਮ ਅਲੈਹਿ ਸਲਾਮ ਨੇ ਜਦੋਂ ਫਿਰ ਇਸ ਤਰ੍ਹਾਂ ਦੇ ਹਾਲਾਤ ਬਣੇ, ਰੁਕਾਵਟ ਪਾਤੀ, ਬਥੇਰਾ ਦੱਸਿਆ ਪਿਆ, ਵੇਖ ਲਓ ਆਰਾਮ ਵੱਧੇ ਆ, ਹਥਿਆਰ ਅਸੀਂ ਨਾਲ ਕੋਈ ਨਹੀਂ ਲਿਆਏ, ਆਹ ਕੁਰਬਾਨੀ ਦੇ ਜਾਨਵਰ ਕਿਉਂ ਰੋਕਦੇ? ਬਿਲਕੁਲ ਹਰ ਲਿਹਾਜ਼ ਨਾਲ ਉਹਨੂੰ ਅਖਲਾਕੀ ਤੌਰ 'ਤੇ ਨੰਗਿਆਂ ਕਰਤਾ, ਵੀ ਤੁਹਾਡੇ ਕੋਲ ਕੋਈ ਜਵਾਬ ਹੈਗਾ ਸਾਨੂੰ ਮੱਕਿਓਂ ਡੱਕਣ ਦਾ? ਮਗਰ ਉਹਨਾਂ ਨੇ ਆਪਣੀ ਇੱਜ਼ਤ ਰੱਖਣ ਲਈ, ਜੇ ਇੱਦਾਂ ਹੁਣ ਦਾਖਲ ਹੋ ਜਾਣਾ ਤਾਂ ਸਾਰੇ ਅਰਬ ਦਵਾਈ ਮਿਲ ਜਾਣੀ, ਅਤੇ ਮੁਸਲਮਾਨ ਯਾਰ ਆਏ ਤਾਂ ਲੜਕਰ ਦੇ ਸ਼ਹਿਰ 'ਚ ਦਾਖਲ ਹੋਏ, ਕੋਈ ਰੋਕ ਨਹੀਂ ਸਕਿਆ। ਆਪਣੀ ਨੱਕ ਰੱਖਣ ਲਈ ਉਹਨਾਂ ਨੇ ਜ਼ਿੱਦ ਕਰਕੇ ਆਖਿਆ, ਬੈਠ ਕੇ ਸਾਡੇ ਮੁਤਾਲਬੇ ਨੂੰ ਮੰਨੋ, ਚਲੇ ਜਾਓ, ਅਗਲੇ ਸਾਲ 3 ਦਿਨ ਦੇ ਜਿਵੇਂ ਚੀਜ਼ਾਂ। ਤੋ ਲੋਕ ਆਉਂਦੇ ਜਾਂਦੇ ਸੀ, ਉਹਨਾਂ ਦੇ ਬੰਦੇ ਵੀ ਆਉਂਦੇ ਸੀ। ਇੱਧਰ ਰਸੂਲ ਕਰੀਮ ਦਾ ਅਫਸਾਨੇ ਜੁਦੀ ਗੱਲ ਆ। ਹੁਣ ਹਜ਼ਰਤ ਉਮਰ ਜੀ ਦਾ ਬੜਾ ਬਣਾਇਆ ਸੀ ਸੁੰਨੀਆਂ ਨੇ, ਵਿਆਹ ਸੀ, ਯੂੰ ਸੀ, ਬਸ਼ਰ ਮੰਨਣਾ ਚਾਹੀਦਾ ਸਾਰਿਆਂ ਨੂੰ। ਕੋਈ ਨਾ ਸ਼ੀਆ ਆਖਣ ਵੀ ਗੁਰਦਮਾਰੀ ਅਲੀ ਨੇ ਤਾਂ ਸਮਾਨ ਹਿੱਲ ਗਿਆ, ਅਤੇ ਨਾ ਤੁਸੀਂ ਇਹੋ ਜਿਹਾ ਕਰ, ਇਹੋ ਜਿਹਾ ਬਹਾਦਰ ਕੋਈ ਨਹੀਂ ਜੰਮਿਆ। ਹਜ਼ਰਤ ਉਮਰ ਜੀ ਅੱਲਾਹ ਤਾਲਾ ਨੇ ਆਪ ਨੇ ਆਖਿਆ, ਮੱਕੇ ਦੇ ਸਰਦਾਰਾਂ ਨੂੰ ਜਾ ਕੇ ਤੂੰ ਸਮਝਾ, ਸਫੀਰ ਬਣ ਕੇ ਜਾ, ਅਤੇ ਉਹਨਾਂ ਨੂੰ ਕਹਿ ਵੀ ਅਸੀਂ ਲੜਨੀ ਆਏ, ਨਾ ਕੋਈ ਜੰਗ ਦਾ ਇਰਾਦਾ, ਬੈਤੁੱਲਾ ਦਾ ਤਵਾਫ ਕਰਨਾ, ਉਮਰਾ ਕਰਨਾ। ਹਜ਼ਰਤ ਉਮਰ ਨੇ ਪਾਈ ਹੱਥ ਜੋੜਦੇ, ਯਾਰ ਰਸੂਲਾ, ਮੇਰਾ ਕਬੀਲਾ ਉੱਥੇ ਬਹੁਤ ਛੋਟਾ ਜਿਹਾ, ਅਤੇ ਮੇਰੇ ਦੁਸ਼ਮਣ ਹੈ, ਮੈਨੂੰ ਉੱਥੇ ਬਚਾਉਣਾ ਕਿ ਨਹੀਂ, ਅਤੇ ਮੈਨੂੰ ਤੁਸੀਂ ਕੋਈ ਨਾ ਭੇਜਦਾ। ਇਹ ਸਹੀ ਬੁਖਾਰੀ ਸਭ ਕਿਤਾਬਾਂ 'ਚ ਪੜ੍ਹੋ। ਦੁਨੀਆਂ 'ਚ ਨਾ ਇਨਸਾਨਾਂ ਦੀ ਹੱਦ 'ਤੇ ਰਿਹਾ ਕਰੋ, ਅਫਸਾਨਵੀ ਦੁਨੀਆਂ 'ਚ ਨਾ ਰਹੋ, ਹਾਂ, ਮਨਕਰਤ ਗੱਲਾਂ ਕਰ ਕਰਕੇ ਐਵੇਂ ਦੀਨ ਨਵਾਂ ਨਾ ਬਣਾਇਆ ਕਰੋ। ਆਪ ਨੇ ਆਖਿਆ ਹੁਣ ਬਿਟਕੇ ਉਹਨੂੰ ਭੇਜਿਆ ਕਿੱਦਾਂ? ਤੋ ਇਹ ਹੋਇਆ ਵੀ ਹਜ਼ਰਤ ਉਸਮਾਨ ਰਜ਼ੀ ਨੂੰ ਭੇਜਣਾ ਚਾਹੀਦਾ, ਕਿਉਂਕਿ ਉਹਨਾਂ ਦਾ ਕਬੀਲਾ ਜਿਹੜਾ ਅਰਬ ਬਾਸਰ ਹੈ, ਮੱਕੇ ਦੇ ਸਰਦਾਰ ਆ, ਬਣੋ ਮਈਆ, ਇਸਲਾਮ ਨਹੀਂ ਵੀ ਲਿਆ ਹੈ ਅਤੇ ਪਿੱਛੇ ਤਾਂ ਨਾ, ਔਰ ਇਹ ਅਰਬ ਸਮਝੋ ਕੁਰਾਨ ਨਾਲੋਂ ਅਤੇ ਦੀਨ ਨਾਲੋਂ ਵੀ ਇਸ ਗੱਲ ਨੂੰ ਵੱਧ ਮੰਨਦੇ ਸੀ, ਕਬੀਲੇ ਦੇ ਬੰਦੇ ਦੀ ਹਮਾਇਤ ਕਰੋ। ਅਰਬ ਇਸ ਸਿਰ 'ਤੇ ਜੀਂਦਾ ਸੀ, ਉੱਥੇ ਹਕੂਮਤ ਕੋਈ ਨਹੀਂ ਸੀ, ਪੁਲਿਸ ਫੌਜ ਕੋਈ ਨਹੀਂ ਸੀ, ਇਹ ਕਬਾਇਲੀ ਅਸਬੀਅਤ ਉਹਨਾਂ ਦੀ ਮਾਫ ਸੀ। ਇੱਕ ਬੰਦਾ ਵੀ ਆਵਾਜ਼ ਦਿੰਦਾ ਸੀ ਆਪਣੇ ਕਬੀਲੇ ਦੇ ਨਾਂ 'ਤੇ, ਉਹ ਕੁਰੈਸ਼ੀਓ, ਕਲਬੀਓ, ਫਲਾਨਿਓ, ਅਤੇ ਉਸ ਫਿਰ ਨੌਜਵਾਨਾਂ 'ਤੇ ਹਰਾਮ ਹੁੰਦਾ ਸੀ ਵੀ ਆਪਣੇ ਘਰਾਂ 'ਚ ਬੈਠ। ਘੋੜਾ ਸਭ ਦੇ ਦਰਵਾਜ਼ੇ 'ਤੇ ਹੁੰਦਾ ਸੀ, ਨੇਜ਼ਾ ਉਹਦਾ ਹੁੰਦਾ ਸੀ, ਉਸੇ ਵੇ ਉਸ ਕਬੀਲੇ ਦੇ ਲੋਕ ਘੋੜੇ 'ਤੇ ਬਹਿ ਕੇ ਨੇਜ਼ਾ ਲੈ ਕੇ ਦੌੜ ਪੈਂਦੇ ਸੀ, ਔਰ ਆਉਂਦੇ ਸੀ। ਅਸੀਂ ਇਹ ਵੀ ਅਗਰ ਸੋਚੀਏ ਨਾ ਵੀ ਹੱਕ 'ਤੇ ਜਾਂ ਬਾਤਲ 'ਤੇ ਵੀ ਗਲਤ ਬਾਤ ਹੈ, ਇਸ ਤਰ੍ਹਾਂ ਇਹਨੂੰ ਨਹੀਂ ਅਸੀਂ ਬਚਾਓ, ਕੱਲ੍ਹ ਸਾਨੂੰ ਕੌਣ ਬਚਾਊਗਾ? ਉਹਨੂੰ ਸੁਰਖਾ ਕਾ ਜ਼ਾਲਮ ਰਹੋ ਮਜ਼ਲੂਮਾ, ਇਹ ਦੀਨ ਬਣ ਚੁੱਕਾ ਸੀ ਵੀ ਤੇਰਾ ਭਰਾ ਭਾਵੇਂ ਜ਼ਾਲਮ ਆ ਅਤੇ ਭਾਵੇਂ ਮਜ਼ਲੂਮਾ ਦੀ ਮਾਲਕ ਕਰ, ਇਹ ਕਬੀਲਿਆਂ ਦੀ ਹਿਫਾਜ਼ਤ ਜਿਹੜੀ ਇੱਕ ਦੂਸਰੇ ਦੀ ਕਰਨੀ। ਇਸ ਤੋਂ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਨੇ ਆਖਿਆ ਵੀ ਇਹਨਾਂ ਨੂੰ ਭੇਜਿਆ ਜਾਏ, ਇਹਨਾਂ ਪਾਰੋਂ ਇਹ ਆ ਵੀ ਉਹ ਬਣੋ ਮਈਆ, ਇਹਨਾਂ ਦੇ ਹਮ ਨਹੀਂ ਹੋਣਗੇ, ਕਬੀਲਾ ਇਹਨਾਂ ਨੂੰ ਛੇੜੂਗਾ। ਤੋ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਨੂੰ ਗਏ, ਗੱਲਬਾਤ ਕੀਤੀ, ਕਈ ਦਿਨ ਇਹਨਾਂ ਦੇ ਵੀ ਲੱਗ ਗਏ, ਉਹਨਾਂ ਦੇ ਬੰਦੇ ਆਉਂਦੇ ਰਹੇ। ਇਹ ਵੀ ਗੱਲ ਬਿਲਕੁਲ ਇੱਕ ਸਫੈਦ ਝੂਠ ਆ ਵੀ ਮਸ਼ਹੂਰ ਹੋ ਗਿਆ ਸੀ ਵੀ ਹਜ਼ਰਤ ਉਸਮਾਨ ਕਤਲ ਹੋ ਗਿਆ। ਝੂਠ ਮੈਂ ਸਾਫ਼ ਕਰਦੇ, ਕਤਲ ਹੋ ਗਿਆ ਅਤੇ ਇਸ ਤੋਂ ਉਹਨਾਂ ਦੇ ਖੂਨ ਦਾ ਬਦਲ, ਬਿਲਕੁਲ ਝੂਠ। ਉਹ ਜ਼ਿੰਦਾ ਸੀ, ਰਸੂਲਾਂ ਨੂੰ ਪਤਾ ਸੀ ਜ਼ਿੰਦਾ, ਕੋਈ ਮੌਤ ਦੀ ਗੱਲ ਨਹੀਂ ਸੀ। ਅਫਸਾਨਿਆਂ ਨੇ ਸਾਰਾ ਦੀਨ ਖਰਾਬ ਕੀਤਾ, ਮਗਰ ਦੇਰ ਹੋ ਗਈ, ਉਹਨਾਂ ਦੇ ਵੀ ਬੰਦੇ ਆਉਂਦੇ ਰਹੇ, ਇੱਧਰੋਂ ਵੀ ਜਾਂਦੇ ਰਹੇ, ਗੱਲ ਕੋਈ ਨਾ ਮੁੱਕੇ, ਨਜ਼ਰ ਇਹ ਹੀ ਆਵੇ ਵੀ ਸ਼ਾਇਦ ਆਖਰ ਜੰਗ ਤੱਕ ਨੌਬਤ ਪਹੁੰਚੇ। ਜਿਹੜਾ ਸੁਲਾਹ ਕੀਤੀ ਰਸੂਲਾਂ ਨੇ ਹੁਦੈਬੀਆ ਦੀ, ਇਹ ਕਿਸਾਸੇ ਉਸਮਾਨ ਲਈ ਨਹੀਂ ਕੀਤੀ, ਅਗਰ ਉਸਮਾਨ ਮਾਰੇ ਗਿਆ ਤਾਂ ਉਹਨਾਂ ਦੀ ਜਗ੍ਹਾ ਮੈਂ ਖੂਨ ਲੈਣਾ, ਨਹੀਂ। ਅਸਲ ਬਾਤ ਇਹ ਸੀ ਕਿ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਮਹਿਸੂਸ ਕੀਤਾ ਵੀ ਇਹ ਮੰਨਦੇ ਮੁੰਦੇ ਕੋਈ ਨਹੀਂ ਨਜ਼ਰ ਆਉਂਦੇ, ਅਤੇ ਨੌਬਤ ਜੰਗ ਤੱਕ ਪਹੁੰਚੀ ਤਾਂ ਐਵੇਂ ਅਸੀਂ ਹੁਣ ਮੂੰਹ ਲਪੇਟ ਕੇ ਤੁਰ ਨਹੀਂ ਜਾਣਾ, ਜੰਗ ਲੜਾਂਗੇ। ਇਹ 59 ਸਫ਼ਾ ਜ਼ਈਫ ਕੌਲ ਵੀ ਲਿਖਿਆ, ਉਹ ਜ਼ਈਫ ਅੱਗੇ ਲਿਖਿਆ ਕੀ ਲਾ ਗਿਆ ਸਬਾਬ ਕੀ ਹੋਇਆ, ਬਸ ਸਬਬ ਫੀ ਜ਼ਾਲਿਕਾ, 59 ਸਫ਼ਾ 7ਵੀਂ ਜਿਲਦ ਫਤੁਲ ਬਾਰੀ। ਬੈਤ ਲੈਣ ਦਾ ਸਬਾਬੇ ਬਣਿਆ ਨਬੀ ਸਲਸਨ ਬਾਦਸ਼ਾਹ ਉਸਮਾਨ, ਆਪ ਨੇ ਹਜ਼ਰਤ ਉਸਮਾਨ ਰਜ਼ੀ ਨੂੰ ਭੇਜਿਆ, ਲਿਓ ਲੈ ਮੈਂ ਕੁਰੈਸ਼ਨ ਅਨੋ ਨਮਾਜ਼ਾ ਮੋਤਮ ਅੱਲਾ ਮੁਹਾਰ, ਕਿ ਕੁਰੈਸ਼ੀਆਂ ਨੂੰ ਦੱਸੋ ਕਿ ਮੈਂ ਉਮਰੇ ਲਈ ਆਇਆ, ਮੇਰਾ ਇਰਾਦਾ ਜੰਗ ਦਾ ਨਹੀਂ। ਕਿਉਂ ਐਵੇਂ ਗੱਲ ਨੂੰ ਵਧਾਉਂਦੇ ਜੀ? ਫੀ ਗੈਬਤ ਉਸਮਾਨ ਸ਼ਾਹਿਨ ਦਮਨ ਅਲ ਮੁਸ਼ਰਕੀਨ ਪੈਰਜ਼ ਉਲ ਹਰਬ ਅਲ ਮੁਸਲਮੀਨ, ਹਜ਼ਰਤ ਉਸਮਾਨ ਦੀ ਗੈਰ ਮੌਜੂਦਗੀ 'ਚ ਗੱਲ ਫੈਲ ਗਈ ਕਿ ਕਾਫਿਰ ਸੁਲਾਹ ਕਰਨ ਦੀ ਬਜਾਏ ਮੁਸਲਮਾਨਾਂ ਨਾਲ ਜੰਗ ਵਾਸਤੇ ਤਿਆਰ ਹੋ ਗਏ। ਫਸਤਦ ਅਲ ਮੁਸਲਮੂਨ ਲਿਲ ਕਿਤਾਲ, ਇਸ ਤੋਂ ਫਿਰ ਮੁਸਲਮਾਨਾਂ ਨੇ ਵੀ ਜਿਹੜੇ ਇੱਕ ਇੱਕ ਤਲਵਾਰ ਹੀ ਸੀ ਸਿਰਫ ਕੋਲ, ਹੋਰ ਕੋਈ ਇਤਰਾਰ, ਜੰਗ ਲਈ ਤਿਆਰੀ ਕਰ ਲਈ। ਬਾਬਾ ਯਾ ਹੁਮ ਨਬੀ ਸਲਸਲ ਮੀਨ ਅਜ਼ਨ ਤਹਿਤ ਸ਼ਜਰਾ ਅਲਾ ਅੱਲਾ ਫਿਰੂ ਵਜ਼ਾਲ ਕਫੀ ਗੈਬਤ ਉਸਮਾਨ, ਇਕਰਾਰ ਲੈ ਲਿਆ ਵੀ ਦੌੜਨਾ ਹੁਣ ਕੋਈ ਨਹੀਂ, ਜਾਨਾਂ ਦੇਣੀਆਂ ਪਈਆਂ ਤਾਂ ਦੇਣੀਆਂ, ਮੈਦਾਨ ਨਹੀਂ ਖੇਡਣਾ। ਇਹ ਬੈਤ ਹਜ਼ਰਤ ਉਸਮਾਨ ਰਜ਼ੀ ਉਹਨਾਂ ਦੀ ਗੈਬਤ 'ਚ, ਔਰ ਉਹਨਾਂ ਦੀ ਗੈਬਤ 'ਚ ਬੈਤ ਹੋਣ ਨਾਲ ਉਹਨਾਂ ਨੂੰ ਬੜਾ ਮਕਾਮ ਮਿਲਿਆ ਜਿਹੜਾ ਕਿਸੇ ਨਹੀਂ ਮਿਲਿਆ। ਬਾਕੀ ਲੋਕਾਂ ਨੇ ਆਪਣੇ ਆਪਣੇ ਤੌਰ 'ਤੇ ਬੈਤ ਕੀਤੀ ਹੈ। ਹਜ਼ਰਤ ਉਸਮਾਨ ਦਾ ਅਗਰ ਰਸੂਲਾ ਸਮਝ ਜੋ ਫੌਤ ਹੋ ਗਿਆ, ਮੈਂ ਉਹਨਾਂ ਦਾ ਬਦਲਾ ਲੈਣੀ, ਤਾਂ ਉਹਨਾਂ ਦੀ ਬੈਤ ਕਾਹਦੀ ਕਰਨੀ? ਉਹਨਾਂ ਦੀ ਦੁਆ ਰਹਿਮਤ ਦੀ ਕਰਨੀ। ਆਪ ਨੇ ਹਜ਼ਰਤ ਉਸਮਾਨ ਰਜ਼ੀ ਜਗ੍ਹਾ ਆਪਣਾ ਹੱਥ ਰੱਖਿਆ,
ਅਰਨਾਲ ਕਿਹਾ ਕਿ ਉਸਮਾਨ ਅੱਲਾ ਰਸੂਲ ਦੇ ਕੰਮ 'ਤੇ ਗਿਆ, ਇਸ ਤੋਂ ਉਹਦੀ ਜਗ੍ਹਾ 'ਤੇ ਮੈਂ ਆਪ ਬੈਤ ਕਰਦਾ। ਔਰ ਇਹਨੂੰ ਐਡਾ ਉੱਚਾ ਸਮਝਿਆ ਗਿਆ ਕਿ ਉਸਮਾਨ ਆਪ ਯਾਰ ਹੱਥ ਆਪਣੇ ਨਾਲ ਬੈਤ ਕਰਦਾ ਅਤੇ ਉਹ ਕੀ ਗੱਲ, ਇੱਥੇ ਉਹਦਾ ਹੱਥ ਜਿਹੜਾ ਸੀ ਉਹਦੀ ਬਜਾਏ ਰਸੂਲਲਾ ਦਾ ਹੱਥ ਇਸਤੇਮਾਲ ਹੋਇਆ। ਔਰ ਇਹਦੇ ਲਈ ਮੈਂ ਇੱਕ ਸ਼ੀਆ ਕਿਤਾਬ 'ਤੇ ਪੜ੍ਹੂੰਗਾ ਜਿਹੜੀ ਬਿਲਕੁਲ ਬੁਖਾਰੀ ਦੀ ਤਰ੍ਹਾਂ, ਤਾਂ ਕਿ ਲੋਕ ਜਿਹੜੇ ਨੇੜੇ ਹੋਣ ਦੀ ਕੋਸ਼ਿਸ਼ ਕਰਨ, ਐਵੇਂ ਦੀਨ ਫਤੂਰ ਔਰ ਸ਼ਰਾਰਤਾਂ ਜਿਹੜੀਆਂ ਦਾ ਕੋਈ ਫਾਇਦਾ ਨਹੀਂ। ਇਹ ਸਮਝੋ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਦਾ 438 ਸਫ਼ਾ, ਹਦੀਸ ਨੰਬਰ 503 ਆ, ਕਿਤਾਬ ਰੌਜ਼ਾ ਜਿਲਦ ਦੀ 26 ਲਿਖਿਆ ਕਿ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਜੋ ਗਏ ਔਰ ਰਸੂਲ ਕਰੀਮ ਅਲੈਹਿ ਸਲਾਮ ਨੇ ਸਾਰੀ ਕੋਸ਼ਿਸ਼ ਕੀਤੀ। ਉੱਥੇ ਫਿਰ ਇੱਕ ਤਾਂ ਰਸੂਲਾਂ ਦਾ ਉਹਦੀ ਜਗ੍ਹਾ 'ਤੇ ਆਪ ਬੈਤ ਕਰਨਾ, ਔਰ ਦੂਸਰਾ ਹੈ ਜਿਹੜਾ ਇਸ ਤੋਂ ਵੀ ਅੱਗਾ ਸਹੀ ਬੁਖਾਰੀ 'ਚ ਵੀ ਹੈ, ਇੱਥੇ ਹੀ ਕਿ ਲੋਕਾਂ ਨੇ ਆਖਿਆ ਯਾਰ ਰਸੂਲਾ ਸਾਨੂੰ ਤਾਂ ਕਿਸੇ ਨੇ ਤਵਾਫ ਕਰਨ ਦੇਣਾ ਕਿ ਨਹੀਂ ਕਰਨ ਦੇਣਾ, ਕੋਈ ਗੱਲ ਨਹੀਂ ਬਣਦੀ ਨਜ਼ਰ ਆਉਣੀ, ਮਗਰ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਨੂੰ ਜਿਹੜੇ ਨਾ ਉਹਨਾਂ ਨੂੰ ਮੌਕਾ ਮਿਲ ਗਿਆ। ਉਹ ਹੁਣ ਮੱਕਾ ਜਿਹੜੀ ਪਹੁੰਚੇ ਆ ਉਹਨਾਂ ਨੇ ਤਵਾਫ ਵੀ ਕਰ ਲੈਣਾ ਅਤੇ ਨਾਲ ਸਾਰਾ ਕੁਝ ਉਹਨਾਂ ਨੇ ਇਹ ਮੌਕਾ ਮਿਲ ਜਾਣਾ ਅਤੇ ਖੁਸ਼ਕਿਸਮਤ ਨਿਕਲੀ। ਵਕਾਰ ਅਲ ਮੁਸਲਮੂਨ 444 ਸਫ਼ਾ, ਮੁਸਲਮਾਨ ਕਹਿਣਗੇ ਤੂੰ ਬਾਲੇ ਉਸਮਾਨ, ਯਾਰ ਰਸੂਲਾ ਉਸਮਾਨ ਬੜਾ ਖੁਸ਼ਕਿਸਮਤ ਹੈ, ਕਤਾਫਾ ਬਿਲ ਬੈਤ ਵਸਾ ਬੈਨ ਅਸਫਾ ਵਲ ਮਰਵਾ ਵਾ ਹੱਲਾ, ਉਹਨੇ ਤਾਂ ਬੈਤੁੱਲਾ ਸ਼ਰੀਫ ਦਾ ਤਵਾਫ ਕਰ ਲਿਆ, ਸਹੀ ਕਰ ਲਈ ਸਫ਼ਾ ਮਰਵਾ ਦੀ ਔਰ ਹੈਰਾਮ ਵੀ ਖੋਲਤਾ। ਇੱਧਰੋਂ ਮੁਸਲਮਾਨ ਇਹ ਕਹਿ ਰਿਹਾ ਕਿ ਰਸੂਲਾ ਕਹਿ ਰਿਹਾ ਹਜ਼ਰਤ ਉਸਮਾਨ ਕੋਲ ਨਹੀਂ, ਅਗਰ ਉਸਮਾਨ ਰਜ਼ੀ ਦੇ ਇਮਾਨ 'ਚ ਆਪ ਨੂੰ ਜ਼ਰਾ ਵੀ ਸ਼ੱਕ ਹੁੰਦਾ ਤਾਂ ਆਪ ਫਰਮਾਉਂਦੇ ਯਾਰ ਕੀ ਪਤਾ ਉਹਨੇ ਕਰ ਹੀ ਲਿਆ ਹੋਵੇ, ਔਰ ਕਾਫਰਾਂ ਨੇ ਵੀ ਆਖਿਆ ਕਿ ਅਸੀਂ ਤੇਰੇ ਰਸੂਲ ਨੂੰ ਨਹੀਂ ਆਉਣ ਦੇਣਾ ਅਤੇ ਨਾ ਇਹ ਗੱਲ ਹੋਣੀ ਆ ਜਿਹੜੀ ਤੁਸੀਂ ਆਉਂਦੇ ਜੀ, ਇਹ ਐਸਾ ਹੀ ਸਾਲ ਨਹੀਂ ਹੋਣ ਦੇਣਾ, ਤੂੰ ਆਇਆ ਤੈਨੂੰ ਹੱਕ ਆ, ਬੇਸ਼ੱਕ ਤੂੰ ਤਵਾਫ ਕਰ ਲਾ ਔਰ ਇਹ ਸਫ਼ਾ ਮਰਵਾ ਦੀ ਸਹੀ ਕਰ ਲਾ, ਤੈਨੂੰ ਇਜਾਜ਼ਤ ਦੇਣੀ। ਉਸ ਵੇ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਫਰਮਾਇਆ ਫਕਾਲਾ ਰਸੂਲ ਉੱਲਾਹ ਸੱਲੱਲਾਹੁ ਅਲੈਹਿ ਵਸੱਲਮ ਮਾ ਕਾਨਾ ਲਈ ਅਫਲਾ, ਕਿ ਕਦੀ ਵੀ ਨਹੀਂ ਹੋ ਸਕਦਾ ਕਿ ਉਸਮਾਨ ਮੇਰੇ ਤੋਂ ਬਗੈਰ ਤਵਾਫ ਕਰੇ ਔਰ ਸਹੀ ਸਫ਼ਾ ਮਰਵਾ ਦੀ ਕਰੇ। ਬੜੀ ਫਿਦਵੀਅਤ ਜਾਨ ਸਾਰੀ ਔਰ ਕੁਰਬਾਨੀ ਹੈ, ਨਹੀਂ ਤਾਂ ਕੋਈ ਗੁਨਾਹ ਤਾਂ ਨਹੀਂ ਸੀ ਹੋਣਾ, ਨਾ ਰਸੂਲਾਂ ਨੇ ਇਹਨਾਂ ਦਾ ਨਾਜ਼ ਹੋਣਾ ਸੀ, ਅਤੇ ਗਿਆ ਸੀ ਚਲੋ ਕਰ ਲਿਆ। ਮਗਰ ਜਦੋਂ ਕਾਫਰਾਂ ਨੇ ਕਿਹਾ ਵੀ ਉਸਮਾਨ ਤੂੰ ਕਰ ਲਾ, ਰਸੂਲਾਂ ਨਹੀਂ ਕਰਨ ਦੇਣਾ, ਉਹ ਕਹਿਣ ਲੱਗੇ ਯਾਰ ਇਹੋ ਜਿਹਾ ਤਵਾਫ ਤਾਂ ਸਹੀ ਨੂੰ ਮੈਂ ਅੱਗ ਲਾਉਣੀ, ਮੈਨੂੰ ਇਹੋ ਜਿਹੇ ਉਮਰੇ ਦੀ ਕਿਹੜੀ ਜ਼ਰੂਰਤ, ਜਦੋਂ ਮੇਰੇ ਰਸੂਲ ਨੂੰ ਤੁਸੀਂ ਇਜਾਜ਼ਤ ਨਹੀਂ ਦਿੰਦੇ ਮੈਂ ਇਹ ਕੰਮ ਨਹੀਂ ਕਰ ਸਕਦਾ। ਕਾਲਾ ਲੋ ਰਸੂਲਾ ਸਲ ਸਲਮ ਤੁਫਤਾ ਬਲ ਬੈਦ, ਤਾਂ ਆਪ ਨੇ ਫਿਰ ਜਦੋਂ ਹਜ਼ਰਤ ਉਸਮਾਨ ਰਜ਼ੀ ਵਾਪਸ ਆਏ ਤਾਂ ਉਸ ਵੇ ਆਖਿਆ ਕਿ ਉਸਮਾਨ ਤੂੰ ਤਵਾਫ ਕਰ ਲਿਆ, ਫਕਾਲਾ ਮਾ ਕੁੰਟ ਅਤੂਫਾ ਬਿਲ ਬੈਦ ਵ ਰਸੂਲਾ ਸਲ ਸਲਮ ਨਾਮ ਹੀ ਤੋਹਫੇ, ਕਿ ਅੱਲਾਹ ਦਾ ਰਸੂਲ ਜਿਹੜਾ ਉਹਨੇ ਤਵਾਫ ਕੀਤਾ ਹੀ ਨਾ ਹੋਵੇ ਤਾਂ ਮੈਂ ਤਵਾਫ ਕਰ ਲਵਾਂ, ਯਾਰ ਰਸੂਲਾ ਇਹ ਹੋ ਸਕਦੀ ਗੱਲ, ਔਰ ਮੈਂ ਤੁਹਾਡਾ ਦੀਵਾਨਾ ਔਰ ਪਰਵਾਨਾ ਕੈਸਾ ਹੋਇਆ, ਇਹ ਕਦੀ ਵੀ ਨਹੀਂ ਮੈਂ ਇਹ ਕੰਮ ਕੋਈ ਨਹੀਂ ਕੀਤਾ। ਔਰ ਰਸੂਲ ਕਰੀਮ ਅਲੈਹਿ ਸਲਾਮ ਨੇ ਉਹਦੇ ਹੱਥ ਹੀ ਜਿਹਾ ਵਜ਼ਾ ਰਾਬਾ ਬਾ ਯਾ ਰਸੂਲਾ ਸਲ ਸਲਮ ਅਲ ਮੁਸਲਮੀਨ, ਹਜ਼ੂਰ ਨੇ ਲੋਕਾਂ ਨਾਲ ਬੈਤ ਆਪ ਕੀਤੀ, ਉਹਨਾਂ ਆਪਣੇ ਹੱਥ ਦਿੱਤੇ, ਵਜ਼ਾ ਰਾਬਾ ਇਹਦਾ ਯਦੈ ਅਲ ਅਲ ਉਖਰਾ ਅਲ ਉਸਮਾਨ, ਹਾਂ ਖੁਸ਼ ਨਸੀਬੀ ਵੇਖੋ ਉੱਧਰ ਵੀ ਰਸੂਲਾ ਦਾ ਹੱਥ ਆ, ਦੂਜੇ ਪਾਸੇ ਵੀ ਫਰਮਾਇਆ ਆਹ ਹੱਥ ਜਿਹੜਾ ਮੇਰਾ ਅਤੇ ਆਹ ਹੱਥ ਉਸਮਾਨ ਦਾ, ਉਸਮਾਨ ਦੀ ਜਗ੍ਹਾ ਮੈਂ ਆਪ ਹੀ ਬੈਤ ਕਰ ਰਿਹਾ, ਵਰਨਾ ਉੱਥੇ ਨਾਲ ਸੀ ਜਦ ਇਬਨ ਕੈਸ ਵਿੱਚ ਸੀ 1400 ਸਾਬੀ ਦੇ, ਨਹੀਂ ਬੈਠੀ, ਮੁਨਾਫਿਕ ਨਿਕਲਿਆ, ਊਂਟ ਦੇ ਕੋਲ ਬੈਠਾ ਰਿਹਾ, ਉਹਨੇ ਆਖਿਆ ਮੈਨੂੰ ਇਹਦੇ ਨਬੀ ਦੀ ਬੈਤਾਂ ਦੀ ਜ਼ਰੂਰਤ, ਇਸ ਤੋਂ ਉਸਮਾਨ ਵੀ ਹੁੰਦਾ ਮਾਜ਼ ਅੱਲਾਹ ਜੋ ਨਾ ਕਰਦਾ ਤੇ ਕਿਸੇ ਨੇ ਉਹਦਾ ਕੋਈ ਵਿਗਾੜ ਲੈਣਾ ਸੀ, ਉਹ ਜਦ ਦਾ ਕੋਈ ਵਿਗਾੜਿਆ ਕਿਸੇ ਨੇ ਜਦ ਮੈਨ ਕੈਸ, ਮਗਰ ਅੱਲਾਹ ਦੇ ਰਸੂਲ ਨੂੰ ਇਤਬਾਰ ਸੀ, ਮੈਂ ਨਹੀਂ ਉਸਮਾਨ ਇਹੋ ਜਿਹਾ ਲੋਕਾਂ 'ਚੋਂ ਨਹੀਂ, ਨਾ ਮੇਰੇ ਬਗੈਰ ਉਹ ਤਵਾਫ ਹੀ ਕਰ ਸਕਦਾ, ਅਤੇ ਬੈਤ ਉਹਨੇ ਲਾਜ਼ਮਨ ਕਰਨੀ ਸੀ, ਇਸ ਤੋਂ ਸਾਹਬਾ ਕਿਰਾਮਾਂ ਦੀ ਸੀ ਕਿ ਉਸਮਾਨ ਦੇ ਹੱਥ ਨਾਲੋਂ ਯਾਰ ਰਸੂਲਾ ਦਾ ਹੱਥ ਉਹਦੇ ਲਈ ਜ਼ਿਆਦਾ ਬਿਹਤਰ ਸਾਬਤ ਹੈ, ਨਬੀ ਪਾਕ ਨੇ ਆਪਣੇ ਹੱਥ ਨਾਲ ਬੈਤ ਕੀਤੀ, ਇਹ ਉਹਦੇ ਹੱਕ 'ਚ ਬਹੁਤ ਅੱਛੀ ਔਰ ਬਿਹਤਰ ਨਿਕਲੀ। ਤਾਂ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਜਿਹੜੇ ਮਰਤਬੇ ਦਿੱਤੇ, ਜਿਹੜੀਆਂ ਫਜ਼ੀਲਤਾਂ ਅਤਾ ਕੀਤੀਆਂ, ਇਹ ਐਵੇਂ ਮਾਮੂਲੀ ਗੱਲ ਨਹੀਂ ਸੀ, ਬੜਾ ਮਰਤਬਾ ਸੀ, ਬਹੁਤ ਅੱਲਾਹ ਦੇ ਰਸੂਲ ਨੇ ਖੁਸ਼ਨੂਦੀ ਪਰੋਂ ਇਹ ਚੀਜ਼ਾਂ ਕੀਤੀਆਂ। ਹਜ਼ਰਤ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹ ਤਾਲਾ ਦਾ ਇਮਾਮ ਬੁਖਾਰੀ ਨੇ ਇੱਥੇ ਹੀ ਬਾਬ 'ਚ ਹਜ਼ਰਤ ਉਸਮਾਨ ਦੇ ਫਜ਼ਾਇਲ 'ਚ ਲਿਖਿਆ, ਉਸ ਜ਼ਮਾਨੇ 'ਚ ਗਰੋਹ ਬਣ ਗਿਆ ਸੀ, ਲੋਕ ਨਾਰਾਜ਼ ਹੋ ਗਏ ਕੋਈ ਸਿਆਸੀ ਵਜੂਹਾਤ ਤੋਂ, ਕਿਸੇ ਦੇ ਖਿਲਾਫ਼ ਕਿਸੇ ਤੋਂ, ਇੱਕ ਮਿਸਰੀ ਆਦਮੀ ਮੱਕਾ ਆਇਆ, ਇਹ 3698 ਹਦੀਸ ਸਫ਼ਾ 54 ਸਤਵਾਂ ਸੱਤਵੀਂ ਜਿਲ ਦਾ ਰਜੁਲ ਮਿਨ ਅਹਲ ਮਿਸਰ ਵਹਦ ਅਲ ਬੈਤ
مصروں ایک شخص آیا انہیں بیت اللہ شریف دا حج کیتا فرا قومن جلوسن ویکھیا انہیں بے مسجد دے اندر بہت سارے لوگ بیٹھے ہیں فقال من ہاؤلاء القوم کہن گئے کون لوگ ہیں قالو ہاؤلاء قریش انہیں آکھا اے رسول اللہ دے خاندان دے لوگ ہیں قریش دے سردار بیٹھے ہیں قال فمن الشیخ فیہم انہیں آکھا انہاں ساریاں چوں بزرگ کیڑا وڈا عالم اور زیادہ نیک جڑا قالو عبداللہ ابن عمر حضرت عمر رضی اللہ بیٹے عبداللہ قال یا ابن عمر انی سائلک عن شیء فحدثنی عنہ وہ کہنے لگا ابن عمر میں تینوں کچھ گلاں پوچھن لگا تے سچ دسنا اے کعبہ کہ تو مسجد حرام سے بیٹھا سچ بیان کر ناراض سی حضرت عثمان رضی اللہ کے خلاف پارٹی حل تعلم انہ عثمان فرہ یوم احد انہوں نے آخر تینوں پتا جنگ عہد بڑے دن حضرت عثمان میدان چ نٹ گیا رسول اللہ چھڈ کے میدان عہد چ دوڑ گیا اور کئی مدت بعد مڑیا کال نام ابن عمر انکار نہیں کیتا بے وقوف لوگ یہ کرتے بھی غلطی مننی نہیں بھی نہیں وڈے بندے کو غلطی نہیں ہوتی اللہ مولانا مودودی صاحب رحمۃ اللہ علیہ دے رحم کرے آتے اتوں ہی امت کا بیڑا بہ گیا بے بزرگ مننا تو غلطی نہیں مننی غلطی مننی تو بزرگ نہیں مننا ایتھوں جہالت دے پتلے بن گئے بے بزرگ بزرگ ہی رہندا تے غلطی بھی اُد کو ہو جاندی ہے آدم علیہ السلام تو گاں کہن ہونا نبی سی خدا دا اُدے کو ہوئی ہے قرآن دسدا کیوں مکر دے جو ہویا اُنوں منو نال اُدیاں خوبیاں بیان کرو ابن عمر رضی اللہ فرمایا بالکل ٹھیک ہے جنگے اُچ دوڑ گئے فقال تعلم انہ تغیبا بدر لم یشت انہیں آخیا یہ بھی تیرے علم چ جنگے بدر چ نہیں گئے اور اس میدان سے حاضر نہیں ہوئے ایڈا اسلام سے اوکھا وقت آیا سی یہ عثمان نہیں وہ شریک ہوا کال نام انہیں آخیا بالکل ٹھیک کال رجل حل تال من تغیب بیعت رضوان فلم یشا تھا کہاں گا جب بیعت رضوان ہوئی ہے رسول کریم نے بیعت لئی ہے اتنے بھی حاضر نہیں سی غائب کال نام ٹھیک خوش ہو کے انہیں بھی میرے اعتراض سچے نکل کال اللہ اکبر نعرہ مارا اس مصری نے کہ بالکل میں جت گیا میری گل پوری ہوئی قال ابن عمر تعالو بیان لگا حضرت عبداللہ بن عمر نے آخر تیریاں سن لیاں تو جو سی میں سب ٹھیک دستا ہن ذرا صبر کر آ بیان لگا میں نہ سارے دی تینوں حقیقت سمجھاواں کہ کیوں ہوئے کم اما فرار ہو یوم احد فاشد ان اللہ افان و غفر اللہ جڑا کہ وہ میدان ہے وہ تو دوڑ گیا سی بالکل حق ہے مگر قرآن نو جے مننا تے اللہ نے سورہ آل عمران تو اتارتا بھی یہ غلطی ہو گئی ہے لوگوں نے درہ حضور دے حکم توڑ کے چھڑ دیتا وہ نتیجے پاگڑ پی گئی لوگ دوڑ گئے مگر اللہ نے قرآن چاکھیا کہ میں معاف کرتا اور بخش دیتا اس تو ہن اللہ نے جڑا بخشتا ہے معاف کرتا تو کرنا ہی معاف کے نہیں دوڑ گئے سی مگر اللہ جاندہ معاف کرتا تینوں قرآن دا بیان نہیں چنگا لگتا وَأَمَّا تَغَيَّبُوا عَنْ بَدْرٍ فَإِنَّهُ كَانَ تَحْتَهُ بِنْتُ رَسُولِ اللَّهِ صَلَّى اللَّهُ عَلَيْهِ وَسَلَّمَ كَانَتْ مَرِيضًا تے جڑا دوانا بدر چ نہیں گئے وہ بھی تو سوچیا بے بدر چ انہاں دا نہ جانا برائی ہے کہ نیکی ہے تیرے علم چ ہونا چاہیے کہ حضرت عثمان رضی اللہ تعالیٰ عنہ دے گھر چ رسول اللہ دی بیٹی سی حضرت رقیہ انہاں دی انہاں دے نال بیوی سی اور وہ بیمار سی اللہ دے رسول بدر نوں جا رہا سی بیٹی بیمار سی بچے تو خود رسول کریم علیہ السلام نے فرمایا کہ تو اور اسامہ بن زید جڑے اتھے رہو میری بچی نو سنبھالو تے تانوں ثواب اور حصہ مالے غنیمت دا وہی ملے گا جڑا میدان بدر شریک ہون والے دا اس تو تو برائی بنا لیا جو حضرت رقیہ رسول اللہ تو پیچھے فوت ہو گئی تے جیسے وہ بشیر خوشخبری لے کے آیا بندہ تے آ کے انہیں اطلاع دیتی بھی اللہ نے فتح دیتی ہے مسلمانوں نے سارا جی یہ نگاہ سی بھی بدر کی پڑھتا 313 تے بندہ ہزار ہے اینے انہاں کو کوڑے ہے سب اڑی کے رہے خبر کی آؤں دی انہیں قبر سے بیٹھے سی اس وے حضرت عثمان اور جدوں آ کے خبر دیتی اللہ نے اپنے رسول نو غلبہ دیتا فتح ہو گئی حضرت رقیہ نو اتار رہا سی رسول اللہ اپنی بچی کے جنازے شریک نہ ہو سکے اس تو یہ برائی بیان کرتی وہ اگر نہیں گئے تو انہوں دے تھلے اللہ دے رسول دی بچی سی اور وہ بیمار سی فقال له رسول اللہ صلی اللہ علیہ وسلم ان لک اجر رجل من شاہد بدر فهمو اللہ دے رسول علیہ السلام نے فرمایا سی تینوں اتنا ہی ثواب ہے جنہ بدر جان والوں ہوگا اور وہ حصہ ملے گا مال غنیمت تو جڑا انہوں ملے گا
ਇਹ ਦੋ ਗੱਲਾਂ ਦਾ ਜਵਾਬ ਦੇ ਕੇ ਆਖਿਆ ਵਾ ਮੈਂ ਤਈਬ ਬੈਤ ਰਿਜ਼ਵਾਨ ਫਲਾਓ ਕਾਨ ਆਹ ਨਾਜ਼ਰਾ ਵਤ ਨੇ ਮੱਕਾ ਮੇਰੇ ਸਮਾਨ ਲਬਾਸ ਮਕਾਨ ਇਹ ਜਿਹੜੀ ਤੀਸਰੀ ਗੱਲ ਤੂੰ ਕਹੀ ਵੀ ਬੈਤ ਹੋਈ ਤਦੋਂ ਹਜ਼ਰਤ ਉਸਮਾਨ ਹਾਜ਼ਰ ਨਹੀਂ ਸੀ ਉਹ ਨਾ ਮੁਰਾਦਾ ਗੱਲ ਨੂੰ ਸੋਚਿਆ ਵੀ ਜੇ ਉਸਮਾਨ ਨਾਲੋਂ ਮੱਕੇ 'ਚ ਕਿਸੇ ਦੀ ਇੱਜ਼ਤ ਹੁੰਦੀ ਅਤੇ ਕੋਈ ਹੋਰ ਉੱਥੇ ਜਾਣ ਜੋਗਾ ਹੁੰਦਾ ਤਾਂ ਰਸੂਲਾ ਉਹਨੂੰ ਨਾ ਭੇਜ ਦਿੰਦੇ ਉਸਮਾਨ ਤੋਂ ਸਿਵਾ ਤਾਂ ਲੱਭਾ ਕੋਈ ਨਾ ਹਜ਼ਰਤ ਉਮਰ ਦੇ ਅਸਾਂ ਤਾਂ ਹੱਥ ਜੋੜ ਤੇ ਵੀ ਮੇਰਾ ਕਬੀਲਾ ਮਾੜਾ ਅਤੇ ਮੇਰੇ ਭਾਈ ਦੁਸ਼ਮਣ ਜ਼ਿਆਦਾ ਅੱਲਾ ਦੇ ਰਸੂਲ ਮੈਂ ਨਹੀਂ ਉੱਥੇ ਹਜ਼ਰਤ ਉਸਮਾਨ ਨੂੰ ਤਾਂ ਭੇਜਿਆ ਉਹਦਾ ਕਬੀਲਾ ਤਕੜਾ ਫਰਮਾਇਆ ਲਓ ਕਾਨ ਆਹਦੁਨ ਅਜ਼ਾਬ ਬਤਨੇ ਮੱਕਾ ਮੈਨੂੰ ਉਸਮਾਨ ਮੱਕੇ ਦੀ ਵਾਦੀ 'ਚ ਉਸਮਾਨ ਨਾਲੋਂ ਕਿਸੇ ਦੀ ਜ਼ਿਆਦਾ ਇੱਜ਼ਤ ਹੁੰਦੀ ਵਕਾਰ ਹੁੰਦਾ ਉਹਦਾ ਇਹਤਰਾਮ ਹੁੰਦਾ ਲੱਭਾ ਸਭ ਮਕਾਨਾਤ ਅੱਲਾ ਦੇ ਰਸੂਲ ਨੂੰ ਭੇਜੀ ਬਾਬਾ ਸਾ ਰਸੂਲਾ ਸਰਸਨ ਉਸਮਾਨ ਅੱਲਾ ਦੇ ਰਸੂਲ ਨੇ ਉਸਮਾਨ ਰਜ਼ੀ ਅੱਲਾ ਨੂੰ ਭੇਜਿਆ ਵਕਾਨਤ ਬਿਆਤ ਰਿਜ਼ਵਾਨ ਬਾਦ ਅਮਾ ਜ਼ਹਬਾ ਉਸਮਾਨ ਇਲਾ ਮੱਕਾ ਰਸੂਲ ਕਰੀਮ ਸੱਲਾ ਅਲ ਸਲਮ ਨੇ ਉਸਮਾਨ ਦੇ ਮੱਕਾ ਜਾਣ ਤੋਂ ਬਾਅਦ ਬੈਤ ਲਈ ਇਸ ਤੋਂ ਉਸਮਾਨ ਨੇ ਕਹਿੰਦਾ ਉੱਥੇ ਆਉਣਾ ਸੀ ਉਹ ਸਰਕਾਰੀ ਡਿਊਟੀ 'ਤੇ ਗਿਆ ਵਕਾਲਾ ਰਸੂਲਾ ਸਰਸਨ ਬਈਆ ਦਿਲ ਯੁਮਨਾ ਹਾ ਜ਼ੇ ਯਦ ਉਸਮਾਨ ਆਪ ਨੇ ਫਿਰ ਆਪਣੇ ਸੱਜੇ ਹੱਥ ਨੂੰ ਖੱਬੇ ਨੂੰ ਨਹੀਂ ਸੱਜੇ ਨੂੰ ਕਿਹਾ ਕਿਹਾ ਉਸਮਾਨ ਦਾ ਹੱਥ ਹੈ ਫਜ਼ਾ ਰਾਵਾ ਬਿਆਰਾ ਯਦੇ ਫਕਾਲਾ ਹਾ ਜ਼ੇ ਯਦ ਉਸਮਾਨ ਇਹਨੂੰ ਫਿਰ ਇੱਥੇ ਮਾਰ ਕੇ ਆਖਿਆ ਬਿਆਲਾ ਉਸਮਾਨ ਦੀ ਬੈਤ ਮੈਂ ਉਹਦੀ ਜਗ੍ਹਾ 'ਤੇ ਕੀਤੀ ਫਕਾਰ ਅਲ ਉਮਰ ਉਮਰ ਇਜ਼ਹਬ ਬੈਲਾਨ ਮਾਂ ਕਾ ਇਹ ਗੱਲਾਂ ਵਾਜ਼ੇ ਕਰਕੇ ਫਿਰ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹ ਅਨਹੁ ਲੈ ਹੁਣ ਇਹ ਜੋ ਕੋਈ ਮੈਂ ਦੱਸਿਆ ਨਾ ਅਗਲੀਆਂ 'ਤੇ ਅੱਗੇ ਤੂੰ ਗੰਢ ਦਿੱਤੀ ਹੈ ਇਹ ਮੇਰੀਆਂ ਗੱਲਾਂ ਮੈਂ ਮਿਸਰ ਨਾਲ ਹੀ ਲੈ ਜਾ ਜਿੱਥੇ ਉਹ ਸੁਣਾਉਂਦਾ ਨਾ ਇਹ ਵੀ ਦੱਸੀ ਵੀ ਆਹ ਜਵਾਬ ਮਿਲੇ ਆ ਤਾਂ ਕਿ ਤੁਹਾਡੇ ਦਿਲ ਜਿਹੜੇ ਉਹਨਾਂ 'ਚ ਕੁਛ ਅਕਲ ਪੈਦਾ ਹੋਵੇ ਅਤੇ ਗਲਤੀਆਂ ਬੰਦਿਆਂ ਕੋਈ ਹੁੰਦੀਆਂ ਅਤੇ ਉਹ ਬਜ਼ੁਰਗੀ 'ਚੋਂ ਨਿਕਲ ਨਹੀਂ ਜਾਂਦੇ ਉਹਨਾਂ ਦਾ ਬਾਕੀ ਅਮਲ ਵੀ ਵੇਖੀ ਸਾਰੀ ਉਮਰ ਇੰਨੀਆਂ ਨੇਕੀਆਂ ਕੀਤੀਆਂ ਹੁੰਦੀਆਂ ਇੱਕ ਅੱਧੀ ਗਲਤੀ ਨਾਲ ਮਿਲ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਮੂਸਾ ਅਲੈਹਿ ਸਲਾਮ ਕੋ ਕਤਲ ਜੈਸਾ ਨਹੀਂ ਕੰਮ ਹੋਇਆ ਬੰਦਾ ਮਾਰ ਦਿੱਤਾ ਉਹਨਾਂ ਨੇ ਔਰ ਕੁਰਾਨ ਮਰੀ ਚਾਹੁੰਦਾ ਅਮਨ ਨੇ ਹਾਰ ਅਮਨ ਵਾਲੇ ਸ਼ੈਤਾਨ ਇਹ ਸ਼ੈਤਾਨੀ ਕੰਮ ਹੋ ਗਿਆ ਅੱਲਾ ਜੇ ਤੂੰ ਮਾਫ਼ ਨਾ ਕਰੇ ਮੈਂ ਤਾਂ ਤਬਾਹ ਹੋ ਜੂੰਗਾ ਅੱਲਾ ਤਾਲਾ ਆਹ ਬੰਦਾ ਖਬਰ ਨਾ ਲਓ ਜ਼ਾਲਿਕ ਅਸੀਂ ਉਹਦਾ ਕਸੂਰ ਮਾਫ਼ ਕਰਨਾ ਪੈਗੰਬਰ ਹੈ ਕਲੀਮੁੱਲਾ ਹੈਂ ਉਹ ਕੋਈ ਮੂਸਾ ਅਲੈਹਿ ਸਲਾਮ ਦੀ ਤੋਹੀਨ ਕਰ ਸਕਦਾ ਅਤੇ ਜਿਹੜਾ ਆ ਕੇ ਨਹੀਂ ਬੰਦਾ ਹੀ ਨਹੀਂ ਮਰਿਆ ਉਹ ਵੀ ਟੁੱਟਾ ਬੇਵਕੂਫ਼ ਲੋਕਾਂ ਨੇ ਮਿਆਰ ਆਪੇ ਬਣਾ ਲਿਆ ਵੀ ਬਜ਼ੁਰਗ ਬਣਾਇਆ ਜਿਹਦੀ ਗਲਤੀ ਨਹੀਂ ਮੰਨੀ ਅਤੇ ਗਲਤੀ ਆ ਗਈ ਤਾਂ ਬਜ਼ੁਰਗ ਨਹੀਂ ਰਿਹਾ ਨਹੀਂ ਬਜ਼ੁਰਗ ਸਿਰ ਦਾ ਤਾਜ ਆ ਉਹ ਸਾਡੀ ਕਾਬਲ ਇਹਤਰਾਮ ਹੈ ਉਹ ਦੀਨ ਦਾ ਥੰਮ ਆ ਮਗਰ ਜਿਹੜੀ ਗਲਤੀ ਹੈ ਉਹ ਗਲਤੀ ਹੈ ਛੁਪਾਉਣ ਦਾ ਕੋਈ ਫਾਇਦਾ ਨਹੀਂ ਅਤੇ ਨਾ ਰਹਿਮ ਦੀ ਦੁਆ ਬਰਕਤ ਦੀ ਦੁਆ ਹਜ਼ਰਤ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹ ਅਨਹੁ ਜੋ ਹੁਣ ਮੇਰੇ ਕੋਲ ਸੁਣਿਆ ਹੀ ਨਾ ਇਹ ਵੀ ਤੂੰ ਨਾਲ ਹੀ ਲੈ ਜਾ ਤਾਂ ਰਸੂਲ ਕਰੀਮ ਅਲੈਹਿਸਲਾਮ ਤੋਂ ਬਾਅਦ ਹਜ਼ਰਤ ਉਸਮਾਨ 35 ਹਿਜਰੀ ਸ਼ਹੀਦ ਹੋਏ